ਹਾਂਜੀ ਦੋਸਤੋ, ਕੀ ਹਾਲ ਚਾਲ ਨੇ? ਤੇ ਅੱਜ ਬਾਈ ਜੀ ਤੁਹਾਡੇ ਵਾਸਤੇ ਲੈ ਕੇ ਆਇਆ ਨਿਊ ਟਰੈਕਟਰ ਸੋਨਾਲੀਕਾ ਟਾਈਗਰ। ਤੇ ਬਾਈ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਤੇ ਬਾਈ ਜਗਤਾਰ ਆਪਣੇ ਨਾਲ ਆ ਤੇ ਲੈਂਦੇ ਆ ਸਾਰਾ ਟਰੈਕਟਰ ਦਾ ਰਿਵਿਊ। ਸਤਿ ਸ੍ਰੀ ਅਕਾਲ ਬਾਈ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਆਪਾਂ ਪਹਿਲਾਂ ਤੁਹਾਨੂੰ ਦੱਸਿਆ, ਠੀਕ ਹੈ, ਆਪਣੇ ਕੋਲੇ ਅੱਜ ਮੇਲੇ ਦੇ ਵਿੱਚ CRDS ਟੈਕਨੋਲੋਜੀ ਦੀ ਸੀਰੀਜ਼ ਖੜੀ ਆ। ਠੀਕ ਹੈ ਜੀ। ਆਪਾਂ ਗੱਲ ਕਰੀਏ CRDS ਟੈਕਨੋਲੋਜੀ ਦੀ ਸੀਰੀਜ਼ ਦੀ ਗੱਲ, 55, 60, 65 ਤੇ 75, ਆਪਣੇ ਕੋਲੇ ਚਾਰ ਮਾਡਲ CRDS ਟੈਕਨੋਲੋਜੀ ਚ ਹੈਗੇ ਆ। ਠੀਕ ਹੈ, ਜਿਹੜਾ 75 ਹੈਗਾ ਇਹ ਲਾਂਚ ਕਰਿਆ ਗਿਆ ਹਨਾ? ਹਾਂਜੀ, ਇਹ 75 ਆਪਾਂ ਲਾਂਚ ਕੀਤਾ। ਆਪਣੇ ਕੋਲੇ ਪਹਿਲਾਂ 16, 9, 28 65 ਚ, 16, 9, 30 ਵੀ ਆਉਂਦੇ ਆ 65 ਚ, ਹੁਣ ਆਪਣੇ ਕੋਲੇ 65 ਚ ਦੋ ਮਾਡਲ ਸੀ। ਠੀਕ ਹੈ ਜੀ, 16, 9, 28 ਤੇ 30, 75 ਚ ਆਪਣੇ ਕੋਲੇ 16, 9, 30 ਸੀ, ਹੁਣ ਆਪਾਂ ਕੀ ਕੀਤਾ 16, 9, 30 ਦੇ ਨਾਲ ਨਾਲ 18, 4, 30 ਵੀ ਲਾਂਚ ਕੀਤਾ। ਠੀਕ ਹੈ ਜੀ, ਆਪਣੇ ਕੋਲੇ ਹੁਣ 75 ਪਾਵਰ ਟਰੈਕਟਰ ਦੇ ਵਿੱਚ CRDS ਟਾਈਗਰ ਸੀਰੀਜ਼ ਦੇ ਵਿੱਚ, ਠੀਕ ਹੈ, 18, 4, 30 ਪਿਛਲੇ ਤੇ ਅਗਲੇ ਟਾਇਰ ਜਿਹੜੇ ਆ 12, 4, 24 ਵਾਲੇ ਟਾਇਰ ਅਗਲੇ ਆਪਾਂ ਦੇਣ ਦੀ ਆਪਣੇ ਕੋਲੇ ਕੈਪੇਬਿਲਿਟੀ ਹੈਗੀ, ਆਪਣੇ ਕੋਲੇ ਹੁਣ ਆਪਸ਼ਨ ਹੈਗਾ। ਠੀਕ ਹੈ ਜੀ, ਔਰ ਜੇ ਆਪਾਂ ਇੰਜਨ ਦੀ ਗੱਲ ਕਰੀਏ CRDS 75 ਜਿਹੜਾ ਇੰਜਨ ਆ ਇਹ ਮਲਟੀ ਮੋਡ ਟੈਕਨੋਲੋਜੀ ਦੇ ਨਾਲ, ਠੀਕ ਹੈ, ਇਹਦਾ ਜਿਹੜਾ ਇੰਜਨ ਆ 4712 CC ਦਾ ਇੰਜਨ ਆ। ਠੀਕ ਹੈ, ਇਹਦੇ ਤੇ ਆਪਣੇ ਕੋਲੇ 3 ਮੋਡ ਮਿਲ ਜਾਂਦੇ ਆ ਜੀ। ਠੀਕ ਹੈ, ਜਿਵੇਂ ਆਪਾਂ ਕਹਿ ਲਈਏ ਨਾ ਪਹਿਲਾਂ ਲਾਉਂਦੇ ਹੁੰਦੇ ਜੀ ਲੋਕ, ਇੱਕ ਤੀਰ ਨਾਲ 2 ਨਿਸ਼ਾਨੇ। ਹਾਂਜੀ, ਆਪਾਂ 3 ਲਾਉਂਦੇ ਆ, ਹੁਣ 3 ਲਾਉਣੇ ਆ। ਲੈ ਬਈ ਜੀ, ਇੱਕ ਤੀਰ ਨਾਲ 3 ਨਿਸ਼ਾਨੇ। ਹੁਣ ਬਈ ਜੀ ਧਿਆਨ ਨਾਲ ਸੁਣਨ ਵਾਲੀ ਗੱਲ ਆ ਗਈ ਹੈ ਵੀ ਇੱਕ ਤੀਰ ਨਾਲ 3 ਨਿਸ਼ਾਨੇ ਕਿਵੇਂ ਲੱਗਣਗੇ, ਕਿਉਂਕਿ ਬਈ ਜੀ ਇੱਕ ਟਰੈਕਟਰ ਚੱਲੂਗਾ 3 ਪਾਵਰਾਂ ਤੇ, ਕਿਵੇਂ ਚੱਲੂਗਾ ਬਾਈ ਜੀ? ਹਾਂਜੀ ਬਾਈ, ਤੁਸੀਂ ਉੱਤੇ ਆਣ ਕੇ ਮਾੜਾ ਦਿਖਾਓ। ਇਹਦੇ ਚ ਆਪਾਂ ਇੱਥੇ ਦੇਖੋਗੇ ਤਾਂ ਇੱਥੇ ਮੋਡ ਦਿੱਤੇ ਹੋਏ ਆ ਜੀ, ਇਹ ਮੋਡ ਵਾਲਾ ਬਟਨ ਹੈ ਜੀ। ਇੱਥੇ ਆਪਾਂ ਨੂੰ ਫੁੱਲ ਪਾਵਰ ਮਿਲਣੀ ਆ 75। ਠੀਕ ਹੈ ਜੀ, ਇਹਨੂੰ ਆਪਾਂ ਨਾਰਮਲ ਤੇ ਕਰਤਾ ਤਾਂ ਇਹ 68 ਪਾਵਰ ਦੇਗਾ। ਠੀਕ ਹੈ, ਇਹਨੂੰ ਇਕੋਨੋਮਿਕ ਤੇ ਕਰ ਦਾਂਗੇ ਤਾਂ ਇਹ 57 ਪਾਵਰ ਦੇਗਾ। ਜੇ ਕਿਸਾਨ ਭਰਾ ਕਿਤੇ ਆਲੂ ਸੁੱਟ ਕੇ, ਗੰਨਾ ਸੁੱਟ ਕੇ ਆ ਰਿਹਾ ਵਾਪਸ, ਕਿਤੇ ਉਹਨੇ ਖੇਤ ਜਾਣਾ ਦੂਰ ਨੇੜੇ, ਖਾਲੀ ਟਰੈਕਟਰ ਲੈ ਕੇ ਜਾ ਰਿਹਾ, ਠੀਕ ਹੈ ਜੀ, ਉਹਨੂੰ ਜ਼ਿਆਦਾ ਜ਼ੋਰ ਦੀ ਲੋੜ ਨਹੀਂ, ਤਾਂ ਇਹੀ ਟਰੈਕਟਰ 55-57 ਪਾਵਰ ਦਾ ਕੰਮ ਕਰ ਦੂਗਾ। ਜਿੰਨਾ ਆਪਾਂ ਇਹਦੀ ਪਾਵਰ ਘਟਾਉਂਦੇ ਜਾਵਾਂਗੇ ਉਨੀ ਇਹਦੀ ਖੁਰਾਕ ਘਟਦੀ ਜਾਣੀ ਆ, ਉਨੀ ਇਹਦੀ ਜਿਹੜੀ ਤੇਲ ਦੀ ਐਵਰੇਜ ਆ ਮਾਈਲੇਜ ਆ ਉਨੀ ਵਧੀਆ ਹੁੰਦੀ ਜਾਏਗੀ, ਉਨੀ ਵਧੀਆ ਹੁੰਦੀ ਜਾਏਗੀ। ਇਹਦੀ 75 ਤੇ ਵੀ ਬਹੁਤ ਵਧੀਆ ਮਾਈਲੇਜ ਆ, ਤੁਹਾਨੂੰ ਦੱਸਦਾ ਮੈਂ। ਕਿਉਂ ਵਧੀਆ? ਕਿਉਂਕਿ ਇਹਦਾ ਜਿਹੜਾ ਇੰਜਣ ਆ 4712 CC ਦਾ ਇਹਦਾ ਇੰਜਣ ਆ, ਉਹਦਾ ਟੋਰਕ ਬਹੁਤ ਜ਼ਿਆਦਾ ਆ। ਠੀਕ ਹੈ, ਜਿਹੜਾ ਇੰਜਣ ਵੱਡਾ ਆ CRDS ਟੈਕਨੋਲੋਜੀ ਚ, ਇਹਦਾ ਜਿਹੜਾ ਪ੍ਰੈਸ਼ਰ ਹੈ ਨਾ ਤੇਲ ਦਾ, ਪ੍ਰੈਸ਼ਰ ਬਹੁਤ ਵਧਾਇਆ ਹੋਇਆ। ਠੀਕ ਹੈ, ਜ਼ਿਆਦਾ ਪ੍ਰੈਸ਼ਰ ਨਾਲ ਇਹਦਾ ਫੁਹਾਰਾ ਜਿਹੜਾ ਉਹ ਬਹੁਤ ਬਰੀਕ ਜਾਂਦਾ, ਬਰੀਕ ਫੁਹਾਰੇ ਨਾਲ ਜਿਹੜਾ ਇਹਦਾ ਇੱਕ ਇੱਕ ਬੂੰਦ ਜਿਹੜੀ ਸੜਦੀ ਆ ਉਹਦੀ ਪਾਵਰ ਆਪਾਂ ਨੂੰ ਪੂਰੀ ਦੀ ਪੂਰੀ ਪਾਵਰ ਮਿਲ ਜਾਂਦੀ ਆ। ਠੀਕ ਹੈ, ਜਿਹੜੇ ਮੰਨ ਕੇ ਚੱਲ ਤੇਲ ਹੈਗਾ ਉਹ ਬੇਕਾਰ ਨਹੀਂ ਜਾਂਦਾ, ਬੇਕਾਰ ਨਹੀਂ ਜਾਂਦਾ। ਨਹੀਂ ਤਾਂ ਜਿਹੜੇ ਦੂਜੇ ਨਾਰਮਲ ਇੰਜਨ ਹੁੰਦੇ ਆ ਉਹਨਾਂ 'ਚ ਤੇਲ ਉਹਨੇ ਉਸ ਤਰੀਕੇ ਨਾਲ ਨਹੀਂ ਸੜਦਾ, ਇਹ 'ਚ ਤਰੀਕੇ ਨਾਲ ਤੇਲ ਜ਼ਿਆਦਾ ਸੜਦਾ ਹੈ। ਇਸੇ ਕਰਕੇ ਹੀ ਸਰਕਾਰ ਦੇ ਜਿਹੜੇ ਨੋਮ ਨੇ, ਸਰਕਾਰ ਦੇ ਜਿਹੜੇ ਰੂਲ ਨੇ, ਉਹਨਾਂ ਨੂੰ ਇਹ ਤਾਂ ਹੀ ਪਾਸ ਕਰਦਾ। ਠੀਕ ਹੈ ਜੀ, ਜੇ ਬਾਈ ਜੀ ਲੁੱਕ ਦੀ ਗੱਲ ਕਰੀਏ, ਦੀ ਲੁੱਕ ਦੀ ਇਹਦੀ ਯੂਰੋਪੀਅਨ ਸਟਾਈਲ ਲੁੱਕ ਹੈ ਜੀ। ਠੀਕ ਹੈ ਬਾਈ ਜੀ, ਇਹ ਦੇਖੋਗੇ ਇਹਦੇ ਮਲਟੀ ਡਾਈਮੈਂਸ਼ਨਲ ਆ। ਠੀਕ ਹੈ ਜੀ, 4 ਡਾਈਮੈਂਸ਼ਨ, ਚਾਰੇ ਪਾਸਿਓਂ ਇਹਦੇ ਤੇ ਹਵਾ ਇਹਦੇ ਜਾਂਦੀ, ਰੇਡੀਏਟਰ ਪਹਿਲਾਂ ਹੀ ਬਹੁਤ ਵੱਡਾ ਹੈ, ਚੋਕ ਨਹੀਂ ਹੁੰਦਾ, ਪਰ ਇਹਦੇ ਚੋਂ ਹਵਾ ਜ਼ਿਆਦਾ ਜਾਂਦੀ ਆ, ਇਸ ਕਰਕੇ ਇਹ ਠੰਡਾ ਰਹਿੰਦਾ ਟਰੈਕਟਰ। ਠੀਕ ਹੈ, ਮੰਨ ਕੇ ਚੱਲੋ ਜ਼ਰੂਰਤ ਵਾਲੀ ਚੀਜ਼ ਹੈ, ਜ਼ਰੂਰਤ ਤੇ ਲਾਈ ਹੋਈ ਹੈ, ਲਾਈ ਹੋਈ ਆ। ਜੇ ਆਪਾਂ ਇਹਦੇ ਲਾਈਟਾਂ ਦੀ ਗੱਲ ਕਰੀਏ, ਇਹ ਕ੍ਰੋਮ ਫਿਨਿਸ਼ ਡਬਲ ਬੈਰਲ ਹੈਡਲਾਈਟ ਇਹਦੇ ਤੇ ਲੱਗੀਆਂ ਹੋਈਆਂ ਨੇ, 4 ਲਾਈਟਾਂ ਲੱਗੀਆਂ ਨੇ। ਮੈਂ ਤੁਹਾਨੂੰ ਖੋਲ ਕੇ ਦਿਖਾਵਾਂ, ਇਹਦੇ ਤੇ ਆਪਾਂ ਡਬਲ ਸਿਲੰਡਰ ਲਾ ਕੇ ਦਿੰਨੇ ਆ। ਆ ਦੇਖੋ, ਇੰਜ ਛੱਡਦਾ ਹੈ, ਆਪੇ ਹੀ ਜਾਏਗਾ, ਆਪੇ ਜਾਊਗਾ, ਆਪੇ ਹੀ ਚੁੱਕਿਆ ਜਾਣਾ ਇਹ ਡਬਲ ਸਿਲੰਡਰ। ਜੇ ਆਪਾਂ ਨੂੰ ਦੇਖਣ ਨੂੰ ਮਿਲੇ ਨਾ ਜੀ, ਕਈ ਵਾਰ ਤਾਂ ਸਿੰਗਲ ਆਪਾਂ ਕਹਿ ਲਈਏ ਲੱਗਿਆ ਹੁੰਦਾ ਕਿ ਭਾਈ ਜੀ, ਇੱਥੇ ਆਪਾਂ ਡਬਲ ਲਾ ਕੇ ਦਿੰਨੇ ਆ। ਹੁਣ ਮੈਂ ਤੁਹਾਨੂੰ ਵੱਡੇ ਇੰਜਨ ਦੀ ਗੱਲ ਕੀਤੀ, ਉਹਦੇ ਲਈ ਜੇ ਆਪਣਾ ਨੱਕ ਛੋਟਾ ਹੋਊਗਾ ਤਾਂ ਫੇਫੜੇ ਵੱਡੇ ਕੰਮ ਕਿਵੇਂ ਕਰਨਗੇ? ਇਹ ਵੀ ਗੱਲ ਹੈ। ਹੁਣ ਇਹਦੇ ਫੇਫੜੇ ਤਾਂ ਵੱਡੇ ਕਰਤੇ, ਇੰਜਨ ਤਾਂ ਵੱਡਾ ਕਰਤਾ, ਇਹਨੂੰ
ਨੱਕ ਵੀ ਵੱਡਾ ਲਾ ਕੇ ਦਿੱਤਾ। ਠੀਕ ਹੈ ਜੀ। ਇਹਦੇ ਹਵਾ ਜਿਹੜੀ ਅੰਦਰ ਜਾਊਗੀ ਸੈਂਸਰ ਦੇ ਨਾਲ ਲੱਗਿਆ ਹੋਇਆ ਹੈ। ਠੀਕ ਹੈ। 8 ਇੰਚੀ ਦਾ ਵੱਡਾ ਇਹਦੇ ਤੇ ਏਅਰ ਕਲੀਨਰ ਲਾ ਕੇ ਦਿੰਦੇ ਡਰਾਈ ਆਪਾਂ, ਜਿਹੜਾ ਕਿ ਚੋਕ ਨਹੀਂ ਹੁੰਦਾ ਛੇਤੀ ਕਿਤਿਆਂ, ਔਰ ਜਦੋਂ ਚੋਕ ਹੋਏਗਾ ਤੁਹਾਨੂੰ ਸਿਗਨਲ ਮੀਟਰ ਤੇ ਆ ਜਾਣਾ। ਠੀਕ ਹੈ। ਇਹ ਲਗਜ਼ਰੀ ਫੀਲਿੰਗ ਹੈ। ਹਾਂਜੀ, ਜਿਹੜੀ ਇਹਦੀ ਮੀਟਰ ਦੀ ਸਪੈਸ਼ਲ ਗੱਲ ਹੈ ਨਾ, ਇਹਦਾ ਜਿਹੜਾ ਡਿਸਪਲੇ ਮੀਟਰ ਹੈ, ਕੋਈ ਵੀ ਇਹਦੀ ਕੋਈ ਤਾਰ ਲੱਥ ਜਾਂਦੀ ਆ, ਕੋਈ ਵੀ ਧੋਣ ਲੱਗਿਆ ਜਾਂ ਕਿਵੇਂ ਵੀ ਕੋਈ ਐਰਰ ਆਏਗਾ, ਉਹ ਮੀਟਰ ਤੇ ਸ਼ੋ ਕਰਦਾ। ਜਿਹੜੀ ਕਿ ਆਪਣੀ ਇੰਡੀਆ 'ਚ ਪਹਿਲਾ ਇਹ ਟਰੈਕਟਰ ਹੈ ਜਿਹੜਾ ਮੀਟਰ ਤੇ ਐਰਰ ਸ਼ੋ ਕਰੇਗਾ। ਤੁਸੀਂ ਆਪਣੇ ਡੀਲਰ ਨੂੰ ਬਸ ਫੋਨ ਕਰਕੇ ਦੱਸਣਾ, ਯਾਰ ਆਹ ਐਰਰ ਦੱਸ ਰਿਹਾ, ਉਹਨੇ ਤੁਹਾਨੂੰ ਦੱਸ ਦੇਣਾ ਵੀ ਆਹ ਕੋਈ ਪਲੱਗ ਹੈ, ਇਹ ਲਾ ਕੇ ਲਾ ਦੋਗੇ ਤਾਂ ਠੀਕ ਹੋ ਜਾਣਾ। ਇੰਜਨ ਗਰਮ ਹੁੰਦਾਗਾ, ਠੀਕ ਹੈ, ਗਰਮ ਤਾਂ ਹੁੰਦਾ ਹੀ ਨਹੀਂ ਗੱਡੀਆਂ ਵਾਲਾ ਕੰਮ ਕਹਿ ਲਈਏ ਆਪਾਂ। ਇਹਦੇ ਤੇ ਵੀ ਤੁਹਾਨੂੰ ਦਿਖਾਈ, ਆਹ ਦੇਖੋ, ਫਿਰ ਮੈਂ ਗੱਲ ਕਰਨਾ ਵੀ 2-400 ਦੀ ਚੀਜ਼ ਪਿੱਛੇ ਕੰਪਨੀ ਇਹ ਨਹੀਂ ਕਰਦੀ ਕਿਸਾਨ ਭਰਾ ਦੇ ਪੈਸੇ ਕੱਟ ਲੈ। ਇਹ ਚੀਜ਼ ਦੇਖੋ, ਆਹ ਵੀ ਆਰਾਮ ਨਾਲ ਇੱਥੋਂ ਖੋਲ ਕੇ ਆਪਾਂ ਇਹ ਜਾਲੀ ਸਾਫ਼ ਕਰ ਵੀ ਸਾਫ਼ ਕਰ ਸਕਦੇ ਹਾਂ। ਠੀਕ ਹੈ ਜੀ। ਇਹਦੇ 'ਚ ਇੱਕ CRDS ਟੈਕਨੋਲੋਜੀ ਦਾ ਇੱਕ ਹੋਰ ਫਾਇਦਾ ਇਹਦੇ 'ਚ ਇਹ ਹੈਗਾ ਵੀ ਪਹਿਲਾਂ ਤਾਂ ਇਹਦੇ ਤੇ ਹਵਾ ਜ਼ਿਆਦਾ ਜਾਊਗੀ, ਜਾਲੀ ਅੰਦਰ ਵੀ ਲੱਗੀ ਆ, ਰੇਡੀਏਟਰ ਵੀ ਵੱਡਾ ਗਰਮ ਹੁੰਦਾ ਨਹੀਂ। ਠੀਕ ਹੈ। ਫਿਰ ਵੀ ਕਿਤੇ ਕੰਡੀਸ਼ਨ ਬਣ ਜਾਂਦੀ ਗਰਮ ਹੋਣ ਵਾਲੀ, ਇਹਦੇ 'ਚ ਅੰਦਰ ਫੀਚਰ ਦਿੱਤਾ ਹੈ। ਇਹ ਟਰੈਕਟਰ ਤੁਹਾਨੂੰ ਆਪਣੇ ਆਪ ਐਰਰ ਦੱਸ ਦੇਗਾ ਕਿ ਟਰੈਕਟਰ ਗਰਮ ਹੋ ਰਿਹਾ, ਇਹ ਟਰੈਕਟਰ ਕੋਈ ਕਿੰਨਾ ਮਰਜ਼ੀ ਜ਼ੋਰ ਲਾ ਲੈ ਇਹਨੂੰ ਸੀਜ਼ ਨਹੀਂ ਕਰ ਸਕਦਾ। ਠੀਕ ਹੈ। ਇਹਦੇ 'ਚ ਅੰਦਰ ਹੀ ਫੀਚਰ ਆਉਂਦਾ ਕਿ ਇਹ ਟਰੈਕਟਰ ਸੀਜ਼ ਨਹੀਂ ਹੋਏਗਾ, ਇਹ ਤਾਂ ਆਪਣੇ ਆਪ ਪਾਵਰ ਕੱਟ ਕਰ ਦੇਗਾ, ਤੁਹਾਨੂੰ ਦੱਸ ਦੇਗਾ ਕਿ ਇਹ ਟਰੈਕਟਰ ਜਿਹੜਾ ਹੈ ਹੁਣ ਗਰਮ ਹੋ ਰਿਹਾ, ਤੁਸੀਂ ਰੇਡੀਏਟਰ ਸਾਫ਼ ਕਰ ਲਓ, ਤੁਸੀਂ ਇਹਦਾ ਏਅਰ ਕਲੀਨਰ ਸਾਫ਼ ਕਰ ਲਓ। ਠੀਕ ਹੈ। ਇਹਦੀ ਇੰਜਨ ਦੀ ਗੱਲ ਹੋ ਗਈ, ਇੰਜਨ ਦੇ ਨਾਲ ਨਾਲ ਆਪਾਂ ਨੂੰ ਗੇਅਰ ਬਾਕਸ ਵੀ ਵਧੀਆ ਚਾਹੀਦਾ ਹੁੰਦਾ। ਇਹਦਾ ਮਲਟੀ ਮੋਡ ਜਿਹੜਾ ਸ਼ਟਲ ਟੈਕ ਇਹਦੇ 'ਚ ਗੇਅਰ ਬਕਸਾ ਹੈ 12+3 ਸਪੀਡ ਦੇ ਨਾਲ। ਜੇ ਕਿਸਾਨ ਭਰਾ ਨੂੰ ਪੈਸੇ ਚਾਰ ਲਾਉਣੇ ਆ ਨਾ, ਤੇ ਕੋਈ ਟੈਕਨੋਲੋਜੀ 'ਚ ਕੋਈ ਕਮੀ ਰਹਿਣੀ ਨਹੀਂ ਚਾਹੀਦੀ। ਠੀਕ ਹੈ। ਫਿਰ ਇਹਦਾ ਵਾਈਡ ਪਲੇਟਫਾਰਮ ਹੈ, ਕੰਫਰਟੇਬਲ ਹੈ, ਸਾਰਾ ਕੁਝ ਤੁਹਾਨੂੰ ਆਪਾਂ ਦਿਖਾਇਆ ਕਿ ਉੱਤੇ ਜਦੋਂ ਆਪਾਂ ਚੜ੍ਹਦੇ ਹਾਂ ਇੱਥੇ ਵੀ ਡਬਲ ਫੁੱਟ ਸਟੈਪ ਆ, ਇੱਥੇ ਵੀ ਆਪਾਂ ਹੱਥ ਪਾਉਣ ਨੂੰ ਵੀ, ਜੇ ਕੋਈ ਬਜ਼ੁਰਗ ਭਰਾ ਵੀ ਆਪਣਾ ਚਲਾਉਂਦਾ, ਕੋਈ ਵੱਡੀ ਉਮਰ ਦੇ ਆਪਣੇ ਘਰੇ ਚਲਾਉਂਦੇ ਆ, ਤਾਂ ਜ਼ਿਆਦਾਤਰ ਆਪਾਂ ਕਹਿ ਲਈਏ ਨਾ ਆਪਾਂ ਜ਼ਿਮੀਦਾਰ ਭਰਾ ਸਟੀਅਰਿੰਗ ਨੂੰ ਹੱਥ ਪਾਉਂਦੀ ਆ, ਤੁਸੀਂ ਦੇਖਣਾ ਉਹਨੂੰ ਹੱਥ ਪਾ ਕੇ ਚੜ੍ਹਦੀ ਜਾਂਦੇ, ਹੁਣ ਸਟੀਅਰਿੰਗ ਨੂੰ ਹੱਥ ਪਾਉਣ ਦੀ ਜ਼ਰੂਰਤ ਨਹੀਂ, ਇਹ ਆਪਾਂ ਅਲੱਗ ਤੋਂ ਨਾਲ ਦਿੰਦੇ। ਠੀਕ ਹੈ। ਠੀਕ ਹੈ ਜੀ। ਇਹਦਾ ਜਿਹੜਾ ਕਲੱਚ ਹੈ, ਕਲੱਚ ਵੀ ਇਹਦਾ 12 ਇੰਚ ਦਾ ਵੱਡਾ ਕਲੱਚ ਇਹਦੇ ਚਲਾ ਕੇ ਦੇਈਦਾ, ਜਿਹਦੀ ਲਾਈਫ ਜ਼ਿਆਦਾ ਹੈ। ਲਾਈਫ ਜ਼ਿਆਦਾ ਕਿਉਂ ਆ, ਕਿਉਂਕਿ ਇਹਦਾ ਜਿਹੜਾ PTO ਵਾਲਾ ਕਲੱਚ ਆ ਉਹ ਵੱਖਰਾ ਦਿੱਤਾ ਆਪਾਂ। ਜਿਹੜਾ PTO ਦੇ ਮਤਲਬ ਜਿਹੜਾ ਆਪਣਾ ਅਗਲਾ ਪੈਰ ਵਾਲਾ ਕਲੱਚ ਹੁੰਦਾ ਉਹਦੇ ਵਿੱਚ ਤੇ ਇਹਦੇ ਵਿੱਚ ਭਾਈ ਕਿੰਨਾ ਕੁ ਡਿਫਰੈਂਟ ਆ ਜਾਂਦਾ ਬਈ, ਜਿਵੇਂ ਆਪਾਂ ਕਹਿ ਲਈਏ ਉਹ ਘਸਦਾ ਵੱਧਦਾ ਨਾ ਬਈ ਪੈਰ ਵਾਲਾ, ਉਹ ਪੈਰ ਵਾਲਾ ਵੱਧ ਘਸਦਾ, ਕਿਉਂਕਿ ਆਪਾਂ ਜੇ ਤੂੜੀ ਵਾਲੀ ਮਸ਼ੀਨ ਤੇ ਚਲਾਉਂਦੇ ਆ, ਸੁਪਰ ਸੀਡਰ ਤੇ ਚਲਾਉਂਦੇ ਆ, ਪਹਿਲੀ ਗੱਲ ਤਾਂ ਸਾਨੂੰ ਇਸ ਟਰੈਕਟਰ 'ਚ ਗੇਅਰ ਦੀ ਸਪੀਡ ਹੀ ਇੰਨੀ ਵਧੀਆ ਚਾਲ ਮੈਚ ਕਰਦੀ ਆ, ਕਲੱਚ ਦੇਣ ਦੀ ਲੋੜ ਹੀ ਨਹੀਂ ਪੈਂਦੀ। ਇਸ ਕਰਕੇ ਜੇ ਕਲੱਚ ਦੇਣ ਦੀ ਲੋੜ ਪਵੇ ਵੀ ਤਾਂ ਉਹ ਪੈਰ ਵਾਲਾ ਕਲੱਚ ਹੀ ਤੁਸੀਂ ਦੇਣਾ, ਹੱਥ ਵਾਲਾ ਕਲੱਚ ਅਸੀਂ ਤੁਹਾਨੂੰ ਵੱਖਰਾ ਦਿੱਤਾ, ਵੀਡੀਓ ਵਾਸਤੇ ਵੱਖਰਾ ਕਲੱਚ ਲਾ ਕੇ ਦਿੰਦੇ ਆ। ਠੀਕ ਹੈ ਜੀ। ਜੇ ਪਿੱਛੇ ਲਿਫਟ ਦੀ ਗੱਲ ਕਰੀਏ ਤਾਂ ਆਹ ਡਬਲ ਡਿਸਟ੍ਰੀਬਿਊਟਰ ਆਪਾਂ ਲਗਾਇਆ ਕੰਪਨੀ ਦਿੰਦੀ ਆ। ਠੀਕ ਹੈ ਜੀ। ਲਿਫਟ ਦੀ ਗੱਲ ਕਰੀਏ ਤਾਂ 2200 ਤੋਂ ਲੈ ਕੇ 2500 ਕਿਲੋ ਤੱਕ ਦੀ ਇਹਦੀ ਲਿਫਟ ਕਪੈਸਿਟੀ ਹੈ, ਕਿਉਂਕਿ ਆਪਾਂ ਇੱਥੇ ਵੀ ਇਹਦੇ ਵਿੱਚ ਤਿੰਨ ਹੋਲ ਦੇ ਸੁਰਾਖ ਦਿੱਤੇ ਆਪਾਂ ਪੰਜਾਬੀ ਚ ਕਹੀਏ ਨਾ ਭਾਈ, ਪਰ ਉਹ ਹਾਈ ਵੀ ਕਰ ਸਕਦੇ ਆ ਲੋ ਵੀ ਕਰ ਸਕਦੇ ਆ ਭਾਈ। ਹਾਂਜੀ, 2200 ਕਿਲੋ ਦੀ ਇਹਦੀ ਲਿਫਟ ਕਪੈਸਿਟੀ ਆਪਾਂ ਦਿੰਨੇ ਕੰਪਨੀ ਵੱਲੋਂ। ਠੀਕ ਹੈ। ਇਹ ਵੀ ਆਪਾਂ ਅੱਗੇ ਪਿੱਛੇ ਕਰਕੇ ਸੁਰਾਖ ਇਹਦੀ ਕਪੈਸਿਟੀ ਹੋਰ ਵੀ ਵਧਾ ਸਕਦੇ ਆ। ਠੀਕ ਹੈ ਭਾਈ। ਜੇ ਆਪਾਂ ਇੱਥੇ ਵੀ ਗੱਲ ਕਰੀਏ, ਦੋਵਾਂ ਪਾਸੇ ਇਹ ਜੈਕ ਸਿਸਟਮ ਦੇ ਤਰੀਕੇ ਨਾਲ ਹੀ ਆਪਾਂ ਇਹਦੀ ਜਿਹੜੀ ਸੈਟਿੰਗ ਕਰ ਸਕਦੇ ਆ, ਬਿਲਕੁਲ ਬਰੀਕੀ ਨਾਲ ਇਹਦੀ ਸੈਟਿੰਗ ਹੋ ਸਕਦੀ ਹੈ। ਪੁਰਾਣੇ ਟਾਈਮ 'ਚ ਆਈ ਹੈ ਨਾ ਸੰਗਲ ਪਾਏ ਹੁੰਦੇ ਸੀ ਜਾਂ ਉਹ ਪਾ ਕੇ ਸੜ ਦਿੰਦੇ ਸੀ, ਇਹਦੇ 'ਚ ਆਪਾਂ ਹੋਰ ਮਜ਼ਬੂਤ ਇਹ ਚੀਜ਼ ਕਰਕੇ ਦਿੱਤੀ ਹੋਈ ਤੁਹਾਨੂੰ। ਜੇ ਆਪਾਂ ਆਹ ਗੱਲ ਕਰੀਏ, ਦੇਖੋ ਇੱਥੇ ਇਹਦੀ ਗਰੀਸ ਨਿਪਲ ਹੁੰਦੀ ਆ, ਇਹਨੂੰ ਗਰੀਸ ਕਰਕੇ ਆਪਾਂ ਇਹਦੇ ਨਾਲ ਇੱਥੋਂ ਕਵਰ ਕਰ ਸਕਦੇ ਹਾਂ, ਇਹਨੂੰ ਕਵਰ ਵੀ ਲਾ ਕੇ ਦਿੱਤਾ ਕਵਰ ਵੀ, ਵੀ ਇਹਦੇ 'ਚ ਕੋਈ ਧੂੜ ਮਿੱਟੀ ਫਸ ਕੇ ਇਹ ਜਾਮ ਨਾ ਹੋਣ। ਜੇ ਆਪਾਂ ਗੱਲ ਕਰੀਏ ਦੋਵੇਂ ਪਾਸੇ ਆਪਾਂ ਇਹਦੇ ਲਿਫਟ ਜੈਕ ਦਿੱਤੇ ਹੋਏ ਆ। ਠੀਕ ਹੈ ਜੀ। ਆਮ ਇੱਕ ਪਾਸੇ ਆਉਂਦਾ ਰਹਿਣਾ ਭਾਈ ਜੀ।
ਤੇ ਜੇ ਕਿਸਾਨ ਭਰਾ ਨੇ 4 ਪੈਸੇ ਲਾਏ ਉਹਨੂੰ ਚੀਜ਼ ਵਧੀਆ ਬਣਾ ਕੇ ਦਈਏ ਵੀ ਕੋਈ ਕਮੀ ਉਹਨੂੰ ਲੱਗੇ ਨਾ, ਪੈਸੇ ਲਾਇਆ ਦਾ ਮੁੱਲ ਮੁੜੇ ਔਰ ਦੂਜੀਆਂ ਕੰਪਨੀਆਂ ਨਾਲੋਂ ਰੇਟ ਕਿਤੇ ਹੀ ਘੱਟ ਆ। ਕਿਉਂ ਘੱਟ ਆ? ਕਿਉਂਕਿ ਸਾਰੀਆਂ ਚੀਜ਼ਾਂ ਸਾਡੀਆਂ ਜਿਹੜੀਆਂ ਨੇ, ਪਲਾਂਟ ਬਹੁਤ ਵੱਡਾ ਹੈ, ਇੱਕੋ ਛੱਤ ਥੱਲੇ ਸਾਰੀਆਂ ਚੀਜ਼ਾਂ ਆਪਾਂ ਤਿਆਰ ਕਰਕੇ ਦਿੰਦੇ ਹਾਂ। ਠੀਕ ਆ ਭਾਈ, ਸਾਰੀਆਂ ਚੀਜ਼ਾਂ ਆਪਣੀਆਂ ਆਪਦੀਆਂ ਬਣਦੀਆਂ। ਹੁਣ ਤਾਂ ਜਿਹੜੀ ਢਲਾਈ ਆ ਉਹ ਵੀ ਕੰਪਨੀ ਆਪ ਕਰਨ ਲੱਗ ਗਈ, ਕੰਪਨੀ ਨੇ ਆਪਦਾ ਬਹੁਤ ਪੈਸੇ ਲਾ ਕੇ, ਕਰੋੜਾਂ ਦੇ ਹਿਸਾਬ ਨਾਲ ਲਾ ਕੇ ਨਾ, ਕਈ 100 ਕਰੋੜ ਲਾ ਕੇ ਆਪਦਾ ਪਲਾਂਟ ਬਣਾਇਆ ਵੀ ਢਲਾਈ ਵੀ ਆਪਦੀ ਆਉਂਦੀ ਹੈ ਵੀ ਫਿਨਿਸ਼ਿੰਗ ਹੋਰ ਵਧੀਆ ਹੋ ਸਕੇ, ਪੇਂਟ ਦੀ ਕੁਆਲਿਟੀ ਵੀ ਹੋਰ ਵਧੀਆ ਕੀਤੀ ਆ, ਸਾਰੀਆਂ ਚੀਜ਼ਾਂ। ਜੇ ਆਪਾਂ ਅੱਗੇ ਗੱਲ ਦੀ ਗੱਲ ਕਰੀਏ ਬਾਈ ਜੀ, ਪੱਠੀ ਪੇਂਟ ਹੋ ਜਾਂਦਾ ਬਾਈ ਜੀ? ਇਹਦਾ ਜਿਹੜਾ ਪੇਂਟ ਰੋਬੋਟਿਕ ਟੈਕਨੋਲੋਜੀ ਨਾਲ ਪੇਂਟ ਹੁੰਦਾ ਇਹਦਾ, ਹੁਣ ਭੱਠੀ ਤੇ ਵੀ ਜਿਹੜਾ ਸਿੱਧਾ ਪੇਂਟ ਨਹੀਂ ਗਾ, ਪਹਿਲਾਂ ਪ੍ਰਾਈਮਰ ਮਾਰ ਕੇ ਫੇਰ ਪੇਂਟ ਹੁੰਦਾ। ਠੀਕ ਹੈ ਜੀ। ਜੇ ਆਹ ਬਰੀਕੀ ਦੀਆਂ ਚੀਜ਼ਾਂ ਹੁੰਦੀਆਂ, ਜੇ ਤੁਸੀਂ ਇੱਥੇ ਦੇਖੋਗੇ ਆਹ ਜਿਹੜੀਆਂ ਬਾਅਦ ਚੋਂ ਅਟੈਚਮੈਂਟ ਲਾਉਣ ਵਾਸਤੇ ਜਗ੍ਹਾ ਖਾਲੀ ਦਿੱਤੀ ਹੁੰਦੀ ਆ, ਇੱਥੇ ਵੀ ਆਪਾਂ ਇਹ ਪਲੱਗ ਕਰਕੇ ਫੇਰ ਪੇਂਟ ਕਰਕੇ ਦਿੰਦੇ ਹਾਂ, ਕਿਉਂਕਿ ਜਿਹੜਾ ਇਹਦੇ ਅੰਦਰ ਵੀ ਰਸ਼ਟ ਨਾ ਲੱਗੇ, ਪੇਂਟ ਜਿਹੜਾ ਇਹਦੀਆਂ ਜਿਹੜੀ ਚੂੜੀਆਂ ਹੁੰਦੀਆਂ ਨੇ, ਥਰੈਡ ਹੁੰਦੀਆਂ ਨੇ, ਉਹਨਾਂ ਦੇ ਵਿੱਚ ਪੇਂਟ ਨਾ ਲੱਗੇ, ਇਹ ਬਲੌਕ ਨਾ ਹੋਣਾ, ਬਲੌਕ ਨਾ ਹੋਣ, ਤਾਂ ਬਹੁਤ ਬਰੀਕੀ ਨਾਲ ਧਿਆਨ ਰੱਖਿਆ ਜਾਂਦਾ। ਹੁਣ ਪੇਂਟ ਵੀ ਜਿਹੜਾ TSA ਦੀ ਜਗ੍ਹਾ ਤੇ PU ਕੁਆਲਿਟੀ ਆ, ਪਹਿਲਾਂ ਮੰਨ ਲਓ 10 ਸਾਲਾਂ 'ਚ ਜੇ ਪੇਂਟ ਖਰਾਬ ਹੁੰਦਾ ਸੀ, ਹੁਣ ਇਹਦਾ 15 ਸਾਲਾਂ 'ਚ ਵੀ ਪੇਂਟ ਉਹਨਾਂ ਖਰਾਬ ਨਹੀਂ ਹੋਣਾ। ਜਿਵੇਂ ਆਪਾਂ ਪਿਛਲੇ ਟਾਈਮ 'ਚ 2-4 ਸਾਲਾਂ ਦੇ ਪਿੱਛੇ ਜਾਈਏ ਨਾ, ਤੇ 10 ਸਾਲਾਂ ਦੇ ਪਿੱਛੇ ਜਾਈਏ, ਪਹਿਲਾਂ ਤੇ ਹੁਣ ਨਾਲੋਂ ਬਹੁਤ ਜ਼ਿਆਦਾ ਫਰਕ ਹੈਗਾ ਨਾ ਬਾਈ। ਹੁਣ ਅੱਗੇ ਆਉਣ ਵਾਲੇ ਸਮੇਂ 'ਚ ਹੋਰ ਵੀ ਫਰਕ ਪੈਣਾ, ਕਿਉਂਕਿ ਹੁਣ ਅਸੀਂ ਹੋਰ ਵਧੀਆ ਪੇਂਟ ਕਰਕੇ ਦੇ ਰਹੇ ਹਾਂ ਕਿਸਾਨ ਭਰਾਵਾਂ ਨੂੰ। ਜੇ ਇਸ ਟਰੈਕਟਰ ਦੀ ਗੱਲ ਕਰੀਏ, ਅੱਗੇ ਵੇਟ ਲਗਾਇਆ ਹੋਣਾ, ਠੀਕ ਹੈ ਜੀ, ਅਗਲੇ ਟਾਇਰਾਂ ਤੇ ਮਰਗਾੜ ਲੱਗੇ ਹੋਏ ਹੋਣੇ, ਇਸ ਤਰ੍ਹਾਂ ਹੀ, ਠੀਕ ਹੈ ਜੀ। ਜਿਹੜੀ ਆ ਛਤਰੀ ਮੈਂ ਤੁਹਾਨੂੰ ਦੱਸੀ ਆ, ਇਹ ਕੈਨੋਪੀ ਨਹੀਂ ਗੀ, ਇਹ ਸਿਰਫ ਸ਼ੋਅ ਨਹੀਂ ਗੀ, ਇਹਨੂੰ ਕਹਿੰਦੇ ਰੋਪਸ, ਰੋਲ ਓਵਰ ਪ੍ਰੋਟੈਕਸ਼ਨ ਸਿਸਟਮ। ਇਹ ਜਿਹੜਾ ਟਰੈਕਟਰ ਖੁਦਾ ਨਾ ਖਾਸਤਾ ਕੋਈ ਦਿੱਕਤ ਹੋ ਜੇ ਤਾਂ ਇਹ ਕਿਸਾਨ ਭਰਾ ਦੀ ਜਾਨ ਬਚਾਏਗੀ। ਇਹ ਟੈਸਟ ਕਰਕੇ ਆਪਾਂ ਕੰਪਨੀ ਵੱਲੋਂ ਲਾ ਕੇ ਦਿੰਨੇ ਆ, ਇਹ 20-25 ਹਜ਼ਾਰ ਬਾਅਦ ਚੋਂ ਬਾਹਰੋਂ ਲਵਾਉਂਦੇ ਆ, ਇਹ ਆਪਾਂ ਕੰਪਨੀ ਵੱਲੋਂ ਲੱਗੀ ਲਗਾਈ ਦੇਣੀ ਆ ਹੈਵੀ ਚ, ਹੈਵੀ ਚ ਟੈਸਟ ਕਰਕੇ। ਜੇ ਮਤਲਬ ਗੱਲ ਕਰੀਏ ਬਾਈ ਜੀ, ਜਿਵੇਂ ਥੋੜੇ ਟਾਈਮ ਪਿੱਛੇ ਹੋਰ ਟਰੈਕਟਰ ਵੱਲ ਝਾਕੀਏ ਨਾ ਆਪਾਂ ਬਾਈ ਜੀ, ਆਪਾਂ ਪਲੇਟਫਾਰਮ ਦੇ ਉੱਪਰ ਬੈਠ ਜਾਂਦੇ ਹਾਂ ਕੁਰਸੀ ਸੀਟ ਤੇ, ਠੀਕ ਹੈ, ਇਹ ਤੋਂ ਬਾਅਦ ਚ ਨਾ ਆਪਾਂ ਕਹਿ ਲਈਏ ਆਪਣੇ ਗੋਡੇ ਜਾਂ ਹੱਥ ਵਗੈਰਾ ਸੁੰਨ ਹੋਣ ਲੱਗ ਜਾਂਦੇ ਹੈ ਜੀ, ਠੀਕ ਹੈ, ਕਿਉਂਕਿ ਵਾਈਬ੍ਰੇਟਰ ਹੁੰਦਾ। ਇਹਦੇ ਚ ਵਾਈਬ੍ਰੇਟਰ ਦੀ ਗੱਲ ਕਰੀ ਬਾਈ, ਇਹਦਾ ਪੂਰਾ ਵਾਈਡ ਪਲੇਟਫਾਰਮ ਆਪਾਂ ਦਿੱਤਾ ਹੋਇਆ, ਠੀਕ ਹੈ, ਟਰੈਕਟਰ ਚ ਬਹੁਤ ਵੱਡਾ ਇੰਜਨ ਹੋਣ ਤੋਂ ਬਾਅਦ ਵੀ ਜਿਹੜੀ ਵਾਈਬ੍ਰੇਸ਼ਨ ਹੈ ਨਾ ਬਹੁਤ ਕੰਟਰੋਲ ਕੀਤੀਆਂ ਹੋਈਆਂ ਨੇ, ਠੀਕ ਹੈ, ਹਾਂਜੀ। ਇਹ ਜਿਹੜਾ ਡੀਜ਼ਲ ਦੀ ਮਾਈਲੇਜ ਵੱਡੇ ਇੰਜਨ ਨਾਲ ਜ਼ਿਆਦਾ ਸੀਸੀ ਦੇ ਹੋਣ ਤੋਂ ਬਾਅਦ ਵੀ ਡੀਜ਼ਲ ਦੀ ਐਵਰੇਜ ਬਹੁਤ ਵਧੀਆ ਹੈ, ਵਾਈਬ੍ਰੇਸ਼ਨ ਬਹੁਤ ਘੱਟ ਆ, ਸਾਰੀਆਂ ਚੀਜ਼ਾਂ ਕੰਟਰੋਲ ਕੀਤੀਆਂ ਹੋਈਆਂ ਨੇ ਅਸੀਂ, ਕਿ ਜਿਹੜੇ ਕਿਸਾਨ ਭਰਾ ਨੂੰ ਥਕਾਵਟ ਮਹਿਸੂਸ ਨਹੀਂ ਹੁੰਦੀ, ਵਾਈਡ ਵੱਡਾ ਪਲੇਟਫਾਰਮ ਲਾ ਕੇ ਦਿੱਤਾ ਹੋਇਆ। ਜੇ ਆਪਾਂ ਟਾਇਰ ਵੱਡੇ ਦੇ ਤੇ ਅੱਗੇ ਮਰਗਾੜ ਦੇ ਤੇ ਸਾਰੀਆਂ ਚੀਜ਼ਾਂ ਦੇ ਰਹੇ ਹਾਂ, ਤਾਂ ਪਿਛਲੇ ਜਿਹੜੇ ਟਾਇਰ ਨੇ ਉਹਨਾਂ ਤੇ ਵੇਟ ਕੰਪਨੀ ਵੱਲੋਂ ਲੱਗੇ ਲਗਾਏ ਆਉਣੇ ਆ, ਠੀਕ ਹੈ। ਜਿਵੇਂ ਆਪਾਂ ਕਹਿ ਲਈਏ 5 ਘੰਟੇ ਜਿਹੜਾ ਕਿਸਾਨ ਵੀਰ ਚਲਾ ਕੇ ਟਰੈਕਟਰ ਥੱਕ ਜਾਂਦਾ ਸੀਗਾ, ਹੁਣ ਜੇ ਇਹਦੇ 24 ਘੰਟੇ ਚਲਾ ਲਏ ਤਾਂ ਵੀ ਨਹੀਂ ਥੱਕਦਾ। ਹਾਂਜੀ ਹਾਂਜੀ, ਠੀਕ ਆ ਬਾਈ ਜੀ। ਇਹ ਸਾਰੀਆਂ ਸਹੂਲਤਾਂ ਆਪਾਂ ਟਰੈਕਟਰ 'ਚ ਕੰਪਨੀ ਵੱਲੋਂ ਲਾ ਕੇ ਦਿੰਦੇ ਹਾਂ, ਵੀ ਜਿਹੜੀ ਟੈਕਨੋਲੋਜੀ ਵਧੀਆ, ਕਿਸਾਨ ਦਾ ਮੁੱਲ ਮੁੜੇ, ਔਰ ਵੇਖਣ 'ਚ ਵੀ ਟਰੈਕਟਰ ਸੋਹਣਾ ਲੱਗਦਾ, ਫੱਬਦਾ ਹੈ ਟਰੈਕਟਰ, ਕਿਸਾਨ ਜਿਹੜਾ ਤੋਂ ਬੈਠਦਾ ਹੈ ਉਦੋਂ ਕਿਸਾਨ ਭਰਾ ਫੱਬਦਾ। ਜਿਵੇਂ ਆਹ ਦੇਖੋ ਮਰਗਾੜ ਤੇ ਵੀ ਆਹ ਕ੍ਰੋਮ ਲਾ ਕੇ ਦਿੱਤਾ, ਆਹ ਸੀਟਾਂ ਲਾ ਕੇ, ਸੀਟ ਵਗੈਰਾ ਹੋ ਗਈ, ਸਾਰੀਆਂ ਚੀਜ਼ਾਂ, ਮਤਲਬ ਸੋਹਣੇ ਪੰਚ ਵੀ ਸੋਹਣਾ ਤੇ ਕੰਮ 'ਚ ਵੀ ਪੂਰਾ ਕੰਮ ਕਰੇ, ਵਧੀਆ ਲੱਗੇ ਤੇ ਪੈਸੇ ਲਾਇਦਾ ਵੀ ਮੁੱਲ। ਹਾਂਜੀ, ਤੇ ਜੇ ਆਵਾਜ਼ ਦੀ ਗੱਲ ਕਰੀਏ ਬਾਈ ਜੀ, ਆਵਾਜ਼ ਤਾਂ ਇਹਦੀ ਬਹੁਤ ਸਾਇਲੈਂਟ ਆਵਾਜ਼ ਕੀਤੀ ਹੋਈ ਹੈ। ਆਮ ਜੇ ਮੈਂ ਸੁਣਿਆ ਨਾ ਕਿਸਾਨ ਵੀਰ ਹੁੰਦੇ ਨੇਗੇ ਵੀ ਆਪਾਂ ਇਹ ਟਰੈਕਟਰ ਖਰੀਦ ਲਿਆ ਨਾ, ਇਹਦੇ ਬਾਅਦ ਚ ਉੱਪਰ ਬਹਿ ਜਾਂਦੇ ਨੇ ਕਰੀ ਜਾਂਦੇ ਨੇ ਬਈ, ਬਹੁਤ ਜ਼ਿਆਦਾ ਖੜਕਾ ਹੁੰਦਾ ਯਾਰ, ਅੱਧੇ ਘੰਟੇ ਬਾਅਦ ਉਹ ਕੰਨ ਕੋਲੇ ਹੋਇਆ। CIDS ਟੈਕਨੋਲੋਜੀ ਕਰਕੇ ਵੈਸੇ ਵੀ ਆਪਾਂ ਨੂੰ ਸਰਕਾਰ ਦੇ ਨਾਰਮਸ ਕੰਟਰੋਲ ਰੱਖਣੇ ਪੈਂਦੇ ਆ, ਇਸ ਕਰਕੇ ਇਹਦੀ ਆਵਾਜ਼ ਵੀ ਬਹੁਤ ਸਾਇਲੈਂਟ ਆ। ਇਹਦਾ ਤੁਸੀਂ ਦੇਖੋਗੇ ਇਹਦਾ ਸਾਇਲੈਂਸਰ ਪਾਈਪ ਦਿਖਾਇਓ, ਬਿਲਕੁਲ ਸਿੰਪਲ ਪਾਈਪ ਦਿਸਦੀ ਹੈ ਵੀ ਇਹ ਜਿਹੜੀ ਆਵਾਜ਼ ਜ਼ਿਆਦਾ ਕਰਦਾ ਹੋਊਗਾ, ਪਰ ਇਹਦੇ ਅੰਦਰ ਹੀ ਆਪਾਂ ਇਹਦੇ 'ਚ ਜਾਲੀ ਪਾਈ ਬੰਨ, ਹਾਂਜੀ ਜਾਲੀ ਅੰਦਰ ਫਿੱਟ ਹੈ ਇਹਦੇ, ਇਹਦੇ ਮਫਲਰ ਆਲਰੇਡੀ ਅੰਦਰ ਲੱਗਿਆ ਹੋਇਆ, ਆਵਾਜ਼ ਬਹੁਤ ਇਹਦੀ ਸਾਇਲੈਂਟ ਆ। ਪਰ ਸਾਇਲੈਂਟ ਆਵਾਜ਼ ਦਾ ਮਤਲਬ ਇਹ ਨਹੀਂਗਾ ਕਿ ਜ਼ੋਰ ਘੱਟ ਲਾਉਂਦਾ, ਜ਼ੋਰ ਬਹੁਤ ਜ਼ਿਆਦਾ ਲਾਉਂਦਾ। ਕਿਉਂ? ਕਿਉਂਕਿ ਇਹਦੇ 'ਚ ਇੰਜਨ ਜਿਹੜਾ ਇਹ ਝੋਟੇ ਟਰੈਕਟਰ ਹੈ, ਇਹਨਾਂ 'ਚ ਇੰਜਨ ਜਿਹੜਾ 4712 CC ਦਾ ਇੰਜਨ ਇਹਦੇ 'ਚ,
ਇੰਡਸਟਰੀ ਚ ਕੋਈ ਨਹੀਂ ਦਿੰਦਾ। ਠੀਕ ਹੈ, ਪੰਜਾਬੀ ਇੱਕ ਗੱਲੋਂ ਕਹਿਣੇ ਰਹਿੰਦੇ ਨਹੀਂ ਹੈਗੇ ਬਾਈ, ਝੋਟਾ ਟਰੈਕਟਰ, ਝੋਟਾ ਟਰੈਕਟਰ ਹੈ ਕਿਉਂ? ਇਹਦੇ ਚ ਜਦੋਂ ਕਹਿੰਦੇ ਪਹਿਲਵਾਨ ਦੇ ਪੱਟਾਂ ਚ ਜਾਣ ਹੋਊਗੀ, ਉਹਦੀ ਇੱਕ ਚ ਜਾਣ ਹੋਊਗੀ ਤਾਂ ਉਹ ਦਿਸੂਗੀ 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 ਰੋਲਾ ਜਿੰਨਾ ਮਾਰ। ਬਿਲਕੁਲ ਠੀਕ ਹੈ ਬਾਈ, ਠੀਕ ਹੈ ਬਾਈ ਜੀ, ਗੱਲ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਲੋ ਬਾਈ, ਵੀਡੀਓ ਨੂੰ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਸ਼ੇਅਰ ਕਰ ਦਿਓ, ਤੇ ਜੇ ਕਿਸੇ ਵੀਰ ਨੇ ਟਰੈਕਟਰ ਬਾਈ ਕਰਨਾ ਸਕਰੀਨ ਉੱਪਰ ਨੰਬਰ ਆ, ਜੇ ਮੇਲੇ ਤੇ ਖਰੀਦਣਾ ਤਾਂ ਬਾਈ ਜੀ ਰੇਟ ਕੰਮ ਘੱਟ ਹੋ ਜਾਊਗਾ, ਕਰ ਲਓ ਸੰਪਰਕ। ਧੰਨਵਾਦ, ਸਤਿ ਸ਼੍ਰੀ ਅਕਾਲ।